पुलिस वालों साथियों नाल रंगे हत्थी काबू करके अदालत च पेश करन लई ले जाई जा रही ए जवान कुड़ी। देखन नू ए एक चंगे खांदे पींदे घर दी जाप रही है, जो ए है वी ए उही कुड़ी है जो शहर दे एक नामी कॉलेज च MSc दी पढ़ाई कर रही है। पर अज दोपहर वेले पुलिस ने इस कुड़ी नू इस दे दो जिगरी दोस्तां दे नाल रंगे हत्थी एक लग्जरी कार चों काबू कर लिया। मामला है अमृतसर दा, जिथे लवप्रीत कौर नां दी ए जवान कुड़ी अपने दो खास दोस्तां दीपक अते महक नां दे नौजवानां दे नाल एक लग्जरी कार च शहर दे बाहरवार शक्की हालत च घूम रही सी। पुलिस नूं इन्हां बारे एक खुफिया इतला मिलदी है। इतला मिलदे ही पुलिस इन्हां नूं रोक जद तलाशी लैंदी है तां पुलिस दे रंग उड़ जांदे ने। तीनों पुत्री घर नेड़े एक तस्कर नूं 6 किलो हैरोइन दी खेप पहुँचाउण लई जा रहे सन। काउंटर इंटैलीजेंस दी टीम इन्हां तिन्हां नूं 6 किलो हैरोइन सने रंगे हत्थी काबू कर लैंदी है। ਕੀ ਨਾਮ ਸੀ ਲੜਕੀ ਦਾ ਤੇ ਕਿੱਥੇ ਪੜ੍ਹਦੀ ਸੀ? ਲਵਪ੍ਰੀਤ ਕੌਰ ਹੈ, ਕੋਟਕਪੂਰੇ ਦੀ ਰਹਿਣ ਵਾਲੀ ਹੈ। ਕਿੱਥੇ ਪੜ੍ਹਦੀ ਸੀ? ਖਾਲਸਾ ਕਾਲਜ ਪੜ੍ਹਦੀ। ਸਾਰੇ ਲੜਕੇ ਦਾ ਕੀ ਪਤਾ ਲੱਗਾ ਕਿੱਥੇ ਦਿੰਦੇ ਸੀ? ਲੜਕੇ ਲੜਕੇ ਬਾਰਡਰ ਦੇ ਪਿੰਡਾਂ ਦੇ ਰਹਿਣ ਵਾਲੇ। ਸਰ ਇਹਨਾਂ ਨੂੰ ਕਿੰਨੇ ਦਿਨ ਦਾ ਗ੍ਰਿਫਤਾਰੀ ਕਿੱਥੇ ਕੀਤੀ ਗਈ ਇਹਨਾਂ ਦੀ? ਇਹ ਅੰਮ੍ਰਿਤਸਰ ਦੇ ਬਾਹਰ ਵਾਲੇ। ਸਰ ਰਿਮਾਂਡ ਕਿਵੇਂ ਕਰਦੇ? ਗੱਡੀ ਫੜੀ ਗਈ ਸਰ। ਗੱਡੀ ਫੜੀ ਗਈ। ਮਿਲੀ ਜਾਣਕਾਰੀ ਮੁਤਾਬਕ ਲਵਪ੍ਰੀਤ ਕੌਰ ਨਾਂ ਦੀ ਇਹ ਕੁੜੀ ਕੋਟਕਪੂਰਾ ਦੀ ਰਹਿਣ ਵਾਲੀ ਹੈ। ਇਸ ਦਾ ਪਿਤਾ ਇੱਕ ਕਿਸਾਨ ਹੈ ਤੇ ਉਸ ਦਾ ਕੋਟਕਪੂਰੇ 'ਚ ਬਾਗ ਹੈ। ਲਵਪ੍ਰੀਤ ਕੌਰ ਅੰਮ੍ਰਿਤਸਰ ਦੇ ਇੱਕ ਨਾਮੀ ਕਾਲਜ 'ਚ MSc ਦੀ ਪੜ੍ਹਾਈ ਕਰ ਰਹੀ ਹੈ। ਇਸ ਦੀ ਇੱਕ ਭੈਣ ਕੈਨੇਡਾ 'ਚ ਹੈ ਅਤੇ ਛੋਟਾ ਭਰਾ ਕੋਟਕਪੂਰੇ ਪੜ੍ਹ ਰਿਹਾ ਹੈ। ਇਸ ਦੇ ਨਾਲ ਕਾਬੂ ਕੀਤੇ ਗਏ ਦੋਵੇਂ ਨੌਜਵਾਨ ਦੀਪਕ ਅਤੇ ਮਹਿਕ ਭਾਰਤ ਪਾਕਿਸਤਾਨ ਸਰਹੱਦ ਨੇੜੇ ਪਿੰਡ ਮਹਾਵਾ ਦੇ ਰਹਿਣ ਵਾਲੇ ਨੇ। ਕੁਝ ਸਾਲ ਪਹਿਲਾਂ ਲਵਪ੍ਰੀਤ ਕੌਰ ਦੀ ਦੋਸਤੀ ਕਾਲਜ ਦੇ ਕੈਂਪਸ 'ਚ ਹੀ ਦੀਪਕ ਅਤੇ ਮਹਿਕ ਨਾਂ ਦੇ ਇਹਨਾਂ ਨੌਜਵਾਨਾਂ ਨਾਲ ਹੋ ਜਾਂਦੀ ਹੈ। ਉਸ ਤੋਂ ਬਾਅਦ ਪੈਸਿਆਂ ਦੇ ਲਾਲਚ 'ਚ ਇਹ ਇਹਨਾਂ ਮੁੰਡਿਆਂ ਦੇ ਨਾਲ ਮਿਲ ਹੈਰੋਇਨ ਦੀ ਤਸਕਰੀ 'ਚ ਸ਼ਾਮਲ ਹੋ ਜਾਂਦੀ ਹੈ। ਹਕੀਕਤ TV ਪੰਜਾਬੀ ਦੇ ਲਈ ਅੰਮ੍ਰਿਤਸਰ ਤੋਂ ਹਰਜੀਤ ਸਿੰਘ ਗਰੇਵਾਲ ਦੀ ਰਿਪੋਰਟ।